ਜਿਹੜਾ ਉਹ ਉਹ ਇਲਾਕਾ ਜਿੱਧਰਲੇ ਪਾਸੇ ਬਾਬਾ ਦੀਪ ਸਿੰਘ ਹੋਣਾ ਦਾ ਸਥਾਨ ਹੈ, ਵੈਸਟ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਦੇ ਪਛਾੜੇ ਦੀਆਂ ਇਮਾਰਤਾਂ ਨੇ ਤੇ ਈਸਟ ਜਿਹੜਾ ਹੈ ਉਹ ਲੰਗਰ ਵਾਲੀਆਂ ਇਮਾਰਤਾਂ ਨੇ। ਸੋ ਚਾਰ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਇਹਨਾਂ ਸਾਰਿਆਂ ਦਾ ਇੱਕ ਮਾਡਲ ਬਣਾ ਕੇ ਹਿੰਦੁਸਤਾਨੀ ਫੌਜ ਨੂੰ ਇੱਥੇ ਭੇਜਣ ਦੇ ਵਾਸਤੇ ਰਿਹਰਸਲ ਕੀਤੀ ਗਈ। ਪਰ ਗੁਰੂ ਸਾਹਿਬ ਹਿੰਦੁਸਤਾਨੀ ਇਤਿਹਾਸ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਰ ਸਿੱਖਾਂ ਦੀ ਗੁਲਾਮੀ ਤੋਂ ਬਾਅਦ ਇਹ ਸੰਸਾਰ ਦਾ ਪਹਿਲਾ ਐਸਾ ਘੱਲੂਘਰ ਹੈ ਜਿਹਦੇ ਵਿੱਚ ਭਾਰਤੀ ਫੌਜ ਦੇ ਸਾਰੇ ਹੀ ਵਿੰਗਸ ਦੀ ਵਰਤੋਂ ਕੀਤੀ ਗਈ। ਆਰਟੈਲਰੀ ਵਰਤੀ ਗਈ ਹੈ, ਇਨਫੈਂਟਰੀ ਵਰਤੀ ਗਈ ਹੈ, ਨੇਵੀ ਦੇ ਡਾਈਵਰਸ ਵਰਤੇ ਗਏ, ਪੈਰਾ ਕਮਾਂਡਰਸ ਵਰਤੇ ਗਏ, ਸਪੈਸ਼ਲ ਫਰੰਟੀਅਰ ਫੋਰਸ ਵਰਤੀ ਗਈ, ਔਰ ਉਸ ਤੋਂ ਇਲਾਵਾ 12 ਬਟਾਲੀਅਨ, ਕਮਾਊ ਬਟਾਲੀਅਨ, 26 ਮਦਰਾਸ, 9 ਕਮਾਊ, ਇਸ ਤੋਂ ਇਲਾਵਾ 10 ਗਾਰਡ ਜਿਹੜੀ ਮੰਨੀ ਪ੍ਰਮੰਨੀ ਫੌਜ ਵਰਤੀ ਗਈ ਹੈ ਉਹ ਇਸ ਘੱਲੂਘਾਰੇ ਦੇ ਵਿੱਚ ਵਰਤੀ ਗਈ। 1 ਜੂਨ ਨੂੰ ਗੋਲੀ ਚੱਲਣੀ ਜਿਹੜੀ ਸੀ ਉਹ ਆਰੰਭ ਹੋਈ ਔਰ 12 ਬਟਾਲੀਅਨ ਨੇ 1 ਜੂਨ ਨੂੰ 12 ਬਿਹਾਰ ਬਟਾਲੀਅਨ ਨੇ ਹਰਿਮੰਦਰ ਸਾਹਿਬ ਦਾ ਸਾਰਾ ਇਲਾਕਾ ਜਿਹੜਾ ਸੀ ਉਹ ਕਵਰ ਕਰ ਲਿਆ। ਇਹ ਕਰਨਲ ਰੰਧਾਵਾ ਸੀ ਜਿਸਦੇ ਅੰਡਰੇ ਡਿਊਟੀ ਲੱਗੀ ਕਿ ਉਸ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਸਾਰੀਆਂ ਇਮਾਰਤਾਂ ਨੂੰ ਘੇਰਨਾ ਹੈ, ਜਿਹੜਾ ਤੁਸੀਂ ਵੇਖ ਰਹੇ ਹੋ ਉਸ ਨਕਸ਼ੇ ਦੇ ਵਿੱਚ ਉਹਨਾਂ ਸਾਰੀਆਂ ਇਮਾਰਤਾਂ ਨੂੰ ਘੇਰਨਾ ਹੈ ਕਿ ਇਸ ਘੱਲੂਘਾਰੇ ਦੇ ਦੌਰਾਨ ਕੋਈ ਸਿੱਖ ਬਚ ਕੇ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚੋਂ ਬਾਹਰ ਨਾ ਜਾ ਸਕੇ ਤੇ ਜਿਹੜਾ ਬਾਹਰ ਜਾਵੇ ਉਹਨੂੰ ਦੋਸ਼ ਕੇ ਉੱਥੇ ਸ਼ਹੀਦ ਕਰ ਲਿਆ ਜਾਵੇ। 9 ਕਮਾਊ ਰੈਜੀਮੈਂਟ ਨੂੰ ਇਲਾਕਾ ਦਿੱਤਾ ਗਿਆ ਕਿ ਉਹਨਾਂ ਨੇ ਗੁਰੂ ਰਾਮਦਾਸ ਰਾਣ ਤੋਂ ਲੈ ਕੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਉੱਪਰ ਉਹਨਾਂ ਨੇ ਕਬਜ਼ਾ ਕਰਨਾ ਹੈ। 15 ਕਮਾਊ ਦੀ ਡਿਊਟੀ ਲਗਾ ਦਿੱਤੀ ਗਈ ਕਿ ਉਹਨਾਂ ਨੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਨੇੜੇ ਜਿਹੜਾ ਗੇਟ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਥੱਲੇ ਉਹਨਾਂ ਨੇ ਉੱਥੋਂ ਕੰਪਲੈਕਸ ਦੇ ਅੰਦਰ ਦਾਖਲ ਹੋਣਾ ਹੈ। ਉਸ ਤੋਂ ਬਾਅਦ 26 ਮਦਰਾਸ ਨੂੰ ਟੈਂਕਾਂ ਦੇ ਨਾਲ ਤਿਆਰ ਕਰਕੇ ਸਰਾਹ ਵਾਲੇ ਪਾਸੋਂ ਦਾਖਲ ਹੋਣ ਵਾਸਤੇ ਉੱਥੇ ਤੈਨਾਤ ਕਰ ਦਿੱਤਾ ਗਿਆ। ਨੇਵੀ ਦੇ ਡਾਈਵਰ ਜਿਹੜੇ ਸੀਗੇ ਗੋਤਾਖੋਰ ਉਹਨਾਂ ਨੂੰ ਤਿਆਰ ਕਰ ਦਿੱਤਾ ਗਿਆ ਕਿ ਉਹਨਾਂ ਸਰੋਵਰ ਦੇ ਰਸਤੇ ਹਰਿਮੰਦਰ ਸਾਹਿਬ ਤੱਕ ਤੇ ਅਕਾਲ ਤਖਤ ਸਾਹਿਬ ਤੱਕ ਪਹੁੰਚਣਾ ਹੈ। ਟੈਂਟ ਗਾਰਡ ਜਿਹੜੀ ਇੰਡੀਆ ਦੀ ਮੰਨੀ ਪ੍ਰਬੰਧੀ NSC ਤੋਂ ਪਹਿਲਾਂ ਇੱਕ ਮੰਨੀ ਪ੍ਰਬੰਧੀ ਕਮਾਂਡੋ ਫੋਰਸ ਸੀ ਉਹਨੂੰ ਕਹਿ ਦਿੱਤਾ ਕਿ ਉਹਨਾਂ ਨੇ ਚੌਂਕ ਭੇਜਦਾ ਘਰ ਜਿਹੜਾ ਉੱਤਰ ਵਾਲਾ ਪਾਸਾ ਹੈ ਉਸ ਦੇ ਰਸਤੇ ਹਰਿਮੰਦਰ ਸਾਹਿਬ ਦਾਖਲ ਹੋਣਾ ਹੈ ਤੇ ਇੰਡੀਆ ਦੇ ਸਭ ਤੋਂ ਤਕੜੇ ਕਮਾਂਡੋ ਜਿਹਨੂੰ SFF ਸਪੈਸ਼ਲ ਫਰੰਟੀਅਰ ਫੋਰਸ ਜਾਂ ਸਪੈਸ਼ਲ ਫਰੰਟੀਅਰ ਸਕੁਐਡ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋਣਾ ਹੈ। ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ, ਹਿੰਦੁਸਤਾਨ ਦੀ ਫੌਜ ਦੇ ਸਾਰੇ ਵਿੰਗ ਤਿਆਰ ਨੇ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਨ ਦੇ ਵਾਸਤੇ ਔਰ ਗੁਰੂ ਸਾਹਿਬ ਇੱਕ ਵੀ ਮੋਰਚਾ ਇਹ ਜਿੱਤ ਨਹੀਂ ਸਕੇ, ਇੱਕ ਵੀ ਮੋਰਚਾ ਜਿੱਤ ਨਹੀਂ ਸਕੇ। ਹਰ ਮੋਰਚੇ ਦੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰੇਗਾ ਕਿਉਂਕਿ ਮੈਂ 7 ਸਾਲ ਲਗਾਏ ਨੇ ਜਿਹੜੇ ਸੋਰਸ ਇਕੱਠੇ ਕਰਨ ਦੇ ਵਿੱਚ ਤੇ ਜਿਹੜੇ 3 ਹਮਲੇ ਚੋਂ ਬਚੇ ਨੇ ਉਹਨਾਂ ਦੀਆਂ ਇੰਟਰਵਿਊ ਮੁਲਾਕਾਤਾਂ ਕਰਨ ਦੇ ਵਿੱਚ ਕਿ ਕਿਹੜਾ ਸਿੰਘ ਕਿਹੜੇ ਮੋਰਚੇ 'ਚ ਲੜਿਆ, ਉਹਦੇ ਨਾਲ ਕਿੰਨੇ ਸਿੰਘ ਸੀ ਔਰ ਕਿੱਥੇ ਕਿੱਥੇ ਸ਼ਹੀਦ ਹੋਏ। ਔਰ ਗੁਰੂ ਸਾਹਿਬ ਹਰਾਨ ਜੀ ਦੀ ਗੱਲ ਹੈ ਕਿ ਇੱਕ ਵੀ ਮੋਰਚਾ ਜਿੱਤਿਆ ਨਹੀਂ ਗਿਆ, ਜੇ ਹੁੰਦੇ ਸੀ ਸਨਾਈਪਰ ਦਾ ਮੁਕਾਬਲਾ ਨਹੀਂ ਕੀਤਾ ਗਿਆ, ਹਾਊਬਿਟਜ਼ਰ ਤੋਪ ਦੇ ਨਾਲ ਉਡਾ ਦਿੱਤਾ, ਕੈਂਟਾ ਘਰ ਦਾ ਮੁਕਾਬਲਾ ਨਹੀਂ ਕੀਤਾ ਗਿਆ, ਬੰਬਾਂ ਨਾਲ ਉਡਾ ਦਿੱਤਾ, ਟੈਂਕੀ ਦਾ ਮੁਕਾਬਲਾ ਨਹੀਂ ਕੀਤਾ ਗਿਆ, ਬੰਬਾਂ ਨਾਲ ਉਡਾ ਦਿੱਤਾ। ਗੱਲ ਕੀ ਕਿ ਬਰਾਬਰ ਦਾ ਮੁਕਾਬਲਾ ਫੌਜ ਨਾ ਕਰ ਸਕੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ 'ਚ ਇੱਕ ਗੱਲ ਬੜੀ ਸੁੰਦਰ ਲਿਖੀ ਹੈ, ਕਹਿੰਦੇ ਮੁਕਾਬਲੇ ਦਾ ਮਜ਼ਾ ਉਦੋਂ ਆਉਂਦਾ ਹੈ ਜਦੋਂ ਬਰਾਬਰ ਵਾਲਾ ਮੁਕਾਬਲੇ 'ਤੇ ਹੋਵੇ। ਗੁਰੂ ਪਾਤਸ਼ਾਹ ਬੜਾ ਸੁੰਦਰ ਬਿਆਨ ਕਰਦੇ ਨੇ, ਕਹਿੰਦੇ ਖਵਾਜ਼ਾ ਖਿਜ਼ਰ ਖਾਨ ਤੇ ਮੈਂ ਇਸ ਕਰਕੇ ਵਾਰ ਨਹੀਂ ਕੀਤਾ ਕਿ ਆਹ ਖਵਾਜ਼ਾ ਮਰਦ ਨੂੰ ਸਾਇਆ ਦਵਾਰ ਪਰ ਮੈਂ ਤਾਂ ਨਿਆਮਤ ਪਰ ਮਰ ਦਾਨਾ ਵਾਰ, ਕਿਉਂਕਿ ਮਰਦਾਂ ਨੂੰ ਮੇਰੇ ਸਾਹਮਣੇ ਬਰਾਬਰ ਦਾ ਹਥਿਆਰ ਲੈ ਕੇ ਨਹੀਂ ਆਇਆ, ਮੈਂ ਉਹਦੇ 'ਤੇ ਵਾਰ ਵੀ ਨਹੀਂ ਕੀਤਾ। ਹਰਿਮੰਦਰ ਸਾਹਿਬ ਦੇ ਉੱਪਰ ਵਾਪਰਿਆ ਘੱਲੂਘਾਰਾ ਕੋਈ ਬਰਾਬਰ ਦਾ ਵਾਰ ਨਹੀਂ ਸੀ। ਸੋ 9 ਕਮਾਊ ਰੈਜੀਮੈਂਟ, 15 ਕਮਾਊ ਪਰ ਇਹਨਾਂ ਸਾਰਿਆਂ ਨੂੰ ਤਿਆਰ ਰਹਿਣ ਦੇ ਹੁਕਮ ਤੋਂ ਬਾਅਦ ਸਾਰਾ ਆਪਰੇਸ਼ਨ ਪਲੈਨ ਜਿਹੜਾ ਸੀਗਾ ਉਹ ਤਿਆਰ ਹੋ ਗਿਆ। ਇਸ ਤਿਆਰੀ ਦੇ ਵਿੱਚ ਸਭ ਤੋਂ ਪਹਿਲਾ ਹਮਲਾ ਜਿਹੜਾ ਸੀਗਾ ਉਹ ਉੱਤਰ ਵਾਲੇ ਪਾਸਿਓਂ ਕੀਤਾ ਗਿਆ। ਇਸ ਪਾਸੇ 10 ਗਾਰਡ ਦੇ ਜਿਹੜੇ ਜਵਾਨ ਸੀਗੇ ਉਹ ਜਦੋਂ ਦਾਖਲ ਹੋਣ ਲੱਗੇ ਤਾਂ ਅੱਜ ਉੱਥੇ ਜੋੜਾ ਘਰ ਬਣ ਗਏ ਨੇ। 84 ਦੇ ਵਿੱਚ ਉੱਥੇ ਟੈਂਪਲ ਵਿਊ ਹੋਟਲ ਹੋਇਆ ਕਰਦਾ ਸੀ, ਉੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਦਮਦਮੀ ਟਕਸਾਲ ਨਾਲ ਸੰਬੰਧਿਤ ਸੂਰਮਿਆਂ ਨੇ ਉਹਨਾਂ ਦਾ ਐਸਾ ਜਵਾਬ ਦਿੱਤਾ ਕਿ ਕਾਫੀ ਸਮਾਂ ਉਹ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਨਾ ਹੋ ਸਕੇ।
ਬਾਰ ਬਾਰ ਉੱਥੋਂ ਹਮਲੇ ਹੁੰਦੇ ਰਹੇ। ਅਖੀਰ ਜਿੱਥੋਂ ਸਿੱਖ ਹਮਲਾ ਕਰ ਰਹੇ ਸੀ ਉਸ ਜਗ੍ਹਾ ਨੂੰ ਹਾਊਮਿਟਰ ਗੰਨ ਦੇ ਨਾਲ ਤੇ ਐਂਟੀ ਸਕੁਐਸ਼ ਹੈ ਜਿਹੜੇ ਹਾਈ ਐਕਸਪਲੋਸਿਵ ਗ੍ਰਨੇਡ ਸੀ ਉਹਨਾਂ ਦੇ ਨਾਲ ਉਸ ਜਗ੍ਹਾ ਨੂੰ ਉਡਾ ਦਿੱਤਾ ਗਿਆ। ਤੇ ਜਿਹੜਾ ਘੰਟਾ ਘਰ ਦਾ ਸਾਹਮਣੇ ਦਾ ਪਾਸਾ ਸੀ ਇੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਕਾਰ ਕੋਲੋਂ ਖਾਲੀ ਨਾ ਕਰਾਇਆ ਗਿਆ ਜਿੰਨਾ ਚਿਰ ਤੱਕ ਇਹ 14 ਸਿੰਘ ਲੜਦੇ ਲੜਦੇ ਸ਼ਹੀਦ ਨਾ ਹੋ ਗਏ। ਇਸ 14 ਘੰਟਾ ਘਰ ਦੇ ਪਾਸੇ ਨੂੰ ਵੀ ਬੰਬਾਂ ਦੇ ਨਾਲ ਉਡਾ ਦਿੱਤਾ ਗਿਆ ਔਰ ਇਹਨਾਂ ਸਿੰਘ ਜਿਹੜੇ ਸੀਗੇ ਲੜ ਰਹੇ ਉੱਥੇ ਤੁੰਬਾ ਤੁੰਬਾ ਹੋ ਕੇ ਉੱਡ ਗਏ। ਹੁਣ ਫੌਜ ਨੇ ਸੋਚਿਆ ਕਹਿਣ ਗਾਤ ਨੇ ਕਿ ਅੰਦਰ ਜਾਣਾ ਬਹੁਤ ਸੌਖਾ ਹੈ ਕਿਉਂਕਿ ਹੁਣ ਇਸ ਰਸਤੇ ਨੂੰ ਅੰਦਰ ਜਾ ਕੇ ਪੱਛਮ ਵਾਲੇ ਪਾਸੇ ਅਕਾਲ ਤਖ਼ਤ ਵਾਲੇ ਪਾਸੇ ਜਾਇਆ ਜਾ ਸਕਦਾ ਹੈ। ਪਰ ਜਦੋਂ ਇਹ ਫੌਜ ਪੱਛਮ ਵਾਲੇ ਪਾਸੇ ਤੋਂ ਇਸ ਘੰਟਾ ਘਰ ਵਾਲੇ ਪਾਸੇ ਉੱਤਰ ਵਾਲਿਓ ਦਾਖਲ ਹੋਣ ਲੱਗੀ ਤਾਂ ਗੁਰੂ ਸਾਹਿਬ ਇੱਥੋਂ ਦਾ ਕਮਾਂਡਰ ਇਸਰਾਰ ਖਾਂ ਖੁਦ ਮੰਨਦਾ ਹੈ ਕਹਿੰਦਾ ਕਿ ਜਦੋਂ ਫੌਜ ਦਾਖਲ ਹੋਣ ਲੱਗੀ ਤੇ ਇੰਜ ਲੱਗਿਆ ਜਿਵੇਂ ਕਿ ਇਲਾਕਾ ਫੌਜੀਆਂ ਦੀ ਕਤਲਗਾਹ ਬਣ ਗਿਆ ਹੋਵੇ। ਇੰਨੀ ਤਗੜੀ ਫਾਇਰਿੰਗ ਕੀਤੀ ਗਈ ਔਰ ਇਸ ਮੋਰਚੇ ਦੀ ਕਮਾਂਡ ਸਾਬਕਾ ਫੌਜੀ ਭਾਈ ਅਜੀਤ ਸਿੰਘ ਜਿਨ੍ਹਾਂ ਦਾ ਸੰਬੰਧ ਸਰਦਵੀ ਟਕਸਾਲ ਦੇ ਨਾਲ ਸੀ ਆਪਣੇ 24 ਸਿੰਘਾਂ ਦੇ ਨਾਲ ਕਰਦੇ ਸੀ। ਲਗਾਤਾਰ 2.5 ਘੰਟੇ ਇੱਥੇ ਮੁਕਾਬਲਾ ਹੁੰਦਾ ਰਿਹਾ ਕਮਾਂਡੋ ਨੂੰ ਉਤਾਰਿਆ ਜਾਂਦਾ ਰਿਹਾ ਐਰ ਪੈਰਾ ਫੋਰਸਿਸ ਦੇ ਜਿਹੜੇ ਕਮਾਂਡੋ ਸੀ ਆਉਂਦੇ ਰਹੇ ਔਰ ਸਾਰੇ ਹੀ ਉੱਥੇ ਲਾਸ਼ਾਂ ਦੇ ਰੂਪ ਦੇ ਵਿੱਚ ਬਦਲ ਜਾਂਦੇ ਰਹੇ। ਇਹ ਗੱਲ ਮੈਂ ਨਹੀਂ ਕਹਿ ਰਿਹਾ ਸਰਕਾਰੀ ਰਿਕਾਰਡ ਦੇ ਵਿੱਚ ਵੀ ਲਿਖਿਆ ਕਿ ਘੰਟਾ ਘਰ ਤੋਂ ਬਾਅਦ ਜਿਹੜਾ ਸਿੰਘਾਂ ਨੇ ਮੁਕਾਬਲਾ ਕੀਤਾ ਟੈਂਟ ਗਾਰਡ ਦਾ ਕੋਈ ਜਵਾਨ ਪੌੜੀਆਂ ਤੱਕ ਨਹੀਂ ਆ ਸਕਿਆ ਜਦੋਂ ਉਸ ਮੋਰਚੇ ਨੂੰ ਬਣਾ ਦਿੱਤਾ ਗਿਆ ਤੇ ਜਿੰਨੇ ਕੁ ਜਵਾਨ ਪੌੜੀਆਂ ਤੋਂ ਬਾਅਦ ਅੰਦਰ ਗਏ ਨੇ ਉਹਨਾਂ ਨੂੰ ਭਾਈ ਅਜੀਤ ਸਿੰਘ ਦੀ ਅਗਵਾਈ ਦੇ ਹੇਠ ਉਹਨਾਂ ਪੌੜੀਆਂ ਦੇ ਵਿੱਚ ਵਿਛਾ ਦਿੱਤਾ ਗਿਆ। ਉਸ ਤੋਂ ਬਾਅਦ ਕੈਪਟਨ ਜਸਵੀਰ ਸਿੰਘ ਰੈਣਾ ਇਹ ਬੜੀ ਬਹਾਦਰੀ ਦੇ ਨਾਲ ਆਇਆ ਸੀ ਜਿਹਦੇ ਬਾਹਰ ਕਹਿ ਕੇ ਆਇਆ ਸੀ ਕਿ ਮੈਂ ਭਿੰਡਰਾਂਵਾਲੇ ਨੂੰ ਹੱਥੋਂ ਹੱਥੀ ਜਾ ਕੇ ਪੜਨਾ। ਜਦੋਂ ਇਹ ਇੱਥੋਂ ਉੱਤਰ ਕੇ ਆਪਣੇ ਪੈਰਾ ਕਮਾਂਡਰ ਦੇ ਨਾਲ ਅਕਾਲ ਤਖ਼ਤ ਸਾਹਿਬ ਪੱਛਮ ਵਾਲੇ ਪਾਸੇ ਵਧਣ ਲੱਗਾ ਹੈ ਇੱਥੇ ਖੁਦ ਲਿਖਦਾ ਹੈ ਕਿ 12 ਇੰਚ ਦੀ ਉਚਾਈ ਤੋਂ ਸ਼ਬੇਕ ਸਿੰਘ ਨੇ ਐਸੀ ਮੋਰਚਾਬੰਦੀ ਕੀਤੀ ਸੀ ਸਾਡੇ ਤੇ ਗੋਲੀਆਂ ਦਾ ਐਸਾ ਮੀਂਹ ਵਰਿਆ ਕਿ ਸਾਨੂੰ ਸਮਝ ਨਹੀਂ ਸੀ ਲੱਗਦੀ ਕਿਹੜੇ ਪਾਸੇ ਭੱਜਿਆ ਜਾਵੇ। ਜਸਵੀਰ ਰੈਣੇ ਦੀਆਂ ਲੱਤਾਂ ਜ਼ਖਮੀ ਹੋਈਆਂ ਇਹਦੀਆਂ ਲੱਤਾਂ ਕੱਟਣੀਆਂ ਪਈਆਂ ਭਾਵੇਂ ਕਿ ਸਰਕਾਰ ਨੇ ਇਸ ਤੋਂ ਬਾਅਦ ਵਿੱਚ ਅਸ਼ੋਕਾ ਪੈਨਲ ਵੀ ਦਿੱਤਾ ਹੈ ਪਰ ਇਹਦੇ ਨਾਲ ਬਟਾਲੀਅਨ ਦੀ ਜਿੰਨੀ ਫੌਜੀ ਸਾਰੀ ਮਾਰੀ ਗਈ ਇਹ ਗੱਲ ਇੰਡੀਅਨ ਆਰਮੀ ਖੁਦ ਮੰਨਦੀ ਹੈ। ਇਹਦੇ ਕੁਛ ਬੰਦੇ ਜਿਹੜੇ ਸੀਗੇ ਉਹ ਗੁੰਡਿਆਂ ਵਾਲੀ ਸਾਈਡ ਨੂੰ ਭੱਜੇ ਕਿ ਅਸੀਂ ਗੁੰਡਿਆਂ ਵਾਲੇ ਪਾਸੇ ਦਾ ਮੁਕਾਬਲਾ ਕਰੀਏ। ਬੇਸ਼ੱਕ ਉਸ ਸਮੇਂ ਗੁੰਡਿਆਂ ਤੇ ਬੜੀ ਭਾਰੀ ਫਾਇਰਿੰਗ ਹੋ ਰਹੀ ਸੀ ਉੱਥੇ ਮੋਰਚਾ ਸੀ ਭਾਈ ਬੇਜਿਤ ਸਿੰਘ ਲਾਗੂ 13 ਸਿੰਘਾਂ ਦੇ ਨਾਲ ਦਾਉਦੀ ਟਕਸਾਲ ਦੇ ਸਿੰਘ ਇਹਨਾਂ ਗੁੰਡਿਆਂ ਦੇ ਇਸ ਰਾਸਤੇ ਜਿਹੜਾ ਮੈਂ ਲਗਾ ਰਿਹਾ ਐਗਜੈਕਟਲੀ ਉਹੀ ਜਗ੍ਹਾ ਹੈ ਜਿੱਥੋਂ ਸਿੰਘਾਂ ਨੇ 7.62 ਸ਼ਾਟਗਨ ਦੇ ਨਾਲ ਇਹੋ ਜਿਹੀ ਫਾਇਰਿੰਗ ਕੀਤੀ ਕਿ ਇਸ ਰੈਣਾ ਦੇ ਬਚੇ ਹੋਏ ਜਿਹੜੇ ਫੌਜੀ ਜਵਾਨ ਹਰਿਮੰਦਰ ਸਾਹਿਬ ਦੇ ਪੂਰਬ ਵੱਲ ਭੱਜਣ ਲੱਗੇ ਉਹ ਵੀ ਸਾਰੇ ਉੱਥੇ ਖਤਮ ਹੋ ਗਏ। ਤੁਸੀਂ ਇਸ ਗੱਲ ਨੂੰ ਗੁਰਦੀਪ ਸਿੰਘ ਬਰਾੜ ਦੀ ਕਿਤਾਬ ਦੇ ਵਿੱਚ ਪੜ੍ਹ ਸਕਦੇ ਹੋ। ਇੱਥੇ ਸਿੰਘਾਂ ਨੇ ਮਸ਼ੀਨ ਗੰਨਾਂ ਫਿੱਟ ਕੀਤੀਆਂ ਸੀਗੀਆਂ ਪੈਰਾ ਫੋਰਸਿਸ ਦੇ ਜਵਾਨ ਅੱਗੇ ਨਾ ਵੱਧ ਸਕੇ ਜਿਹਨਾਂ ਥੋੜ੍ਹਾ ਅੱਗੇ ਆਏ ਜਿਨ੍ਹਾਂ ਦੇ ਵਿੱਚ ਹੁਣ ਕਮਾਂਡਰ ਵੀ ਸ਼ਾਮਲ ਹੋ ਗਏ। ਇਹਨਾਂ ਦੇ ਮਸ਼ੀਨ ਗੰਨ ਦੇ ਨਾਲ ਔਰ ਸਪੈਸ਼ ਗੋਲੀਆਂ ਦੇ ਨਾਲ ਅਕਾਲ ਤਖ਼ਤ ਸਾਹਿਬ ਨੇ ਹਮਲਾ ਸ਼ੁਰੂ ਕਰ ਦਿੱਤਾ। ਪਰ ਹੈਰਾਨ ਦੀ ਗੱਲ ਹੈ ਕੇਵਲ ਪ੍ਰਕਰਮਾਂ ਦੇ ਵਿੱਚ ਹੀ ਇਹ ਮੁਕਾਬਲਾ 6 ਘੰਟੇ ਚੱਲਦਾ ਰਿਹਾ ਔਰ ਇੱਕ ਵੀ ਫੌਜੀ ਅਕਾਲ ਤਖ਼ਤ ਸਾਹਿਬ ਵੱਲ ਨਹੀਂ ਵੱਧ ਸਕਿਆ। ਇਹ ਸਰਕਾਰੀ ਅਕਾਦਮੀ ਚ ਗੱਲਾਂ ਦਰਜ ਨੇ। ਉਹਨੇ ਕਹਿੰਦੇ ਮੈਕਸੀਮਮ ਕੈਜੁਅਲਿਟੀ ਸਭ ਤੋਂ ਵੱਧ ਮੌਤਾਂ ਸਾਡੀਆਂ ਉਸ ਵੇਲੇ ਹੋਈਆਂ ਜਦੋਂ ਅਸੀਂ ਘੰਟਾ ਘਰ ਦੀਆਂ ਫੌਜੀਆਂ ਉੱਤਰ ਕੇ ਅਕਾਲ ਤਖ਼ਤ ਸਾਹਿਬ ਨੂੰ ਸੱਜੇ ਪਾਸੇ ਨੂੰ ਪੱਛਮ ਨੂੰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਬੜੇ ਜਵਾਨ ਤੇ ਬੜੇ ਅਫਸਰ ਮਾਰੇ ਗਏ। ਜਿਹੜੇ ਰਹਿੰਦੇ ਖੁੰਦੇ ਸੀਗੇ ਉਹ ਫਿਰ ਭੱਜ ਕੇ ਵਾਪਸ ਆ ਗਏ ਔਰ ਇੱਕ ਫੌਜ ਨੂੰ ਕਿਹਾ ਜਾ ਰਿਹਾ ਤੁਸੀਂ ਅੰਦਰ ਦਾਖਲ ਹੋਵੋ। ਫੌਜ ਅੰਦਰ ਦਾਖਲ ਹੋਣ ਤੋਂ ਇਨਕਾਰੀ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ। 17 ਜੁਲਾਈ 1984 ਨੂੰ ਪੰਜਾਬ ਗੌਰਮੈਂਟ ਨੇ ਇੱਕ ਸੰਕਲਨ ਜਾਰੀ ਕੀਤਾ ਹੈ, ਅਫੀਸ਼ੀਅਲੀ ਗੱਲ ਹੈ ਕਿ ਉਸ ਸਮੇਂ 10 ਲੱਖ ਬੋਤਲ ਸ਼ਰਾਬ ਨੂੰ ਟੈਕਸ ਫ੍ਰੀ ਦਿੱਤੀ ਗਈ ਹੈ ਫੌਜ ਨੂੰ ਸ਼ਰਾਬ ਦੀ ਬੋਤਲ ਕਿ ਸ਼ਰਾਬ ਪੀ ਕੇ ਅੰਦਰ ਚਲੇ ਜਾਓ। ਫੌਜੀ ਕਹਿ ਰਹੇ ਨਹੀਂ ਅਸੀਂ ਨਹੀਂ ਲੜ ਸਕਦੇ, ਅੰਦਰੋਂ ਮੁਕਾਬਲੇ ਇਹੋ ਜਿਹਾ ਹੋ ਰਿਹਾ ਅਸੀਂ ਨਹੀਂ ਜਾ ਸਕਦੇ।
10 ਲੱਖ ਬੋਤਲ ਪੰਜਾਬ ਸਰਕਾਰ ਵੱਲੋਂ ਟੈਕਸ ਫਰੀ 17 ਜੁਲਾਈ ਦਾ ਇੱਕ ਸਰਕੂਲਰ ਹੈ ਟੈਕਸ ਫਰੀ ਸ਼ਰਾਬ ਜਿਹੜੀ ਸੀ ਉਹ ਫੌਜ ਨੂੰ ਦਿੱਤੀ ਗਈ ਕਿ ਕਮ ਸੇ ਕਮ ਸ਼ਰਾਬ ਪੀ ਕੇ ਅੰਦਰ ਦਾਖਲ ਹੋਣ ਦੀ ਹਿੰਮਤ ਕਰੋ ਪਰ ਜਦੋਂ ਟੈਂਕ ਗਾਰਡ ਦੇ ਜਵਾਨ ਫਿਰ ਫੌਜ ਨਾਲ ਤੋਂ ਥੱਲੇ ਉਤਰੇ ਨੇ ਇਸਰਾਰ ਖਾਂ ਖੁਦ ਮੰਨਦਾ ਹੈ ਇਹ ਤਾਂ ਜਿੰਨੇ ਥੱਲੇ ਗਏ ਉਹ ਚੋਂ ਜਿਹੜੇ